नमस्कार दर्शकों, मैं अमृता मदान थोड़ा सारे का एक बार फिर तो स्वागत कर रही हूँ सितारे नाल गलबात दे इस खास शो विच। दर्शकों, अज दे शो विच असी थोड़ी मुलाकात करवा जा रहे हैं पंजाबी म्यूजिक इंडस्ट्री दे एक उभरते हुए कलाकार दे नाल, जिन्होंने अपने करियर की शुरुआत की अपने पहले सोंग पुत बापू का कढ़ के। जी हाँ दर्शकों, मैं गल कर रही हूँ पंजाबी सिंगर करण वालिया जी की। तो आओ फिर उन्होंने गलाबात का सिलसिला शुरू करते हैं। करण जी, सब तो पहले तो सत श्रीकाल, स्वागत है शो विच। सब तो पहला तो असि ये जानना चाहवांगे कि तुहाडी फैमिली च कौन कौन है और तुसी कित्थों दे रहण वाले हो। फैमिली च पापा, मम्मा, ब्रदर जी ते दादा जी ते बिलोंग मैं पिंड नसीरे वाला मेरा जी, विलेज ते जिला मोगा जी। जे असी गल करिए पंजाबी इंडस्ट्री दी, की कोई होर भी तुहाडी फैमिली च हैगे ने जिन्हां ने इस इंडस्ट्री विच अपना योगदान दित्ता होवे? होर तो वड्डे ब्रदर समर जो ਇਸ ਟਾਈਮ ਕੈਨੇਡਾ ਚ ਲਿਖਣ ਦਾ ਉਹਨਾਂ ਬਹੁਤ ਸ਼ੌਂਕ ਹੈ ਜੀ, ਅਤੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਨੈਕਸਟ ਗਾਣਾ ਕਰਨ ਦਾ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਵੱਡੇ ਬ੍ਰਦਰ ਨੇ ਉਹ ਆਲਰੇਡੀ ਇੱਕ ਰਾਈਟਰ ਨੇ, ਗਾਣੇ ਲਿਖਦੇ ਨੇ, ਅਤੇ ਜਦੋਂ ਤੁਸੀਂ ਆਪਣੀ ਫੈਮਿਲੀ ਨੂੰ ਦੱਸਿਆ ਕਿ ਤੁਸੀਂ ਵੀ ਇਸੇ ਲਾਈਨ ਵਿੱਚ ਆ ਕੇ ਸਿੰਗਰ ਬਣਨਾ ਚਾਹੁੰਦੇ ਹੋ, ਫੈਮਿਲੀ ਨੇ ਰੋਕਿਆ ਨਹੀਂ ਕਿ ਨਹੀਂ ਆਲਰੇਡੀ ਇੱਕ ਵੱਡਾ ਭਰਾ ਇੱਧਰ ਹੈ ਤੂੰ ਨਾ ਜਾ, ਤੂੰ ਕੋਈ ਹੋਰ ਲਾਈਨ ਚੁਣ ਲੈ? ਨਹੀਂ, ਫੈਮਿਲੀ ਵੱਲੋਂ ਤਾਂ ਜੀ ਪਹਿਲੇ ਪੂਰੀ ਸਪੋਰਟ ਸੀ, ਸ਼ੁਰੂ ਤੋਂ ਸਪੋਰਟ ਕੀਤੀ ਗਈ ਫੈਮਿਲੀ ਨੇ। ਸਭ ਤੋਂ ਮਤਲਬ ਜ਼ਿਆਦਾ ਸਪੋਰਟ ਪਾਪਾ ਦੀ, ਬ੍ਰਦਰ ਦੀ, ਅਤੇ ਸਪੋਰਟ ਉਸ ਤੋਂ ਜ਼ਿਆਦਾ ਜਿਵੇਂ ਮਾਮਾ, ਮਾਮਾ ਜੀ ਜੋ ਕਿ ਕੈਨੇਡਾ ਜਿੱਥੇ ਬ੍ਰਦਰ ਇਸ ਟਾਈਮ ਉਹਨਾਂ ਕੋਲ ਹੀ ਆ, ਉਹਨਾਂ ਨੇ ਬਹੁਤ ਸਪੋਰਟ ਕੀਤੀ। ਲਖਵੀਰ ਪੰਡਾਲ ਸਾਹਿਬ ਨੇ ਪੂਰੀ ਸਪੋਰਟ ਕੀਤੀ ਜੀ, ਕਿ ਕਦੇ ਕਿਸੇ ਨੇ ਰੋਕਿਆ ਨਹੀਂ ਜੀ। ਜੀ ਵਧੀਆ। ਜੇ ਅਸੀਂ ਗੱਲ ਕਰੀਏ ਸ਼ੌਂਕ ਦੀ, ਤੁਹਾਡੇ ਵੱਡੇ ਬ੍ਰਦਰ ਜਿਹੜੇ ਹੈਗੇ ਆਲਰੇਡੀ ਇੱਕ ਰਾਈਟਰ ਨੇ, ਤੁਹਾਨੂੰ ਜਿਹੜਾ ਸ਼ੌਂਕ ਪੈਦਾ ਹੋਇਆ ਸਿੰਗਿੰਗ ਦਾ ਉਹ ਕਿੱਥੋਂ ਪੈਦਾ ਹੋਇਆ? ਉਹਨਾਂ ਨੂੰ ਸ਼ੁਰੂ ਤੋਂ ਹੀ ਲਿਖਣ ਦਾ ਸ਼ੌਂਕ ਸੀ। ਉਹਨਾਂ ਦਾ ਵੀ ਏਮ ਸੀ, ਸੁਪਨਾ ਕਿ ਮੈਂ ਗਾਵਾਂ, ਬਟ ਕੰਮ ਕਰ ਥੋੜ੍ਹੇ ਮੋਟੇ ਉਦੋਂ ਬਾਹਰ ਚਲ ਗਏ, ਅਤੇ ਉਹਨਾਂ ਨੂੰ ਵੇਚਦੇ ਵੇਚਦੇ ਫਿਰ ਮੈਨੂੰ ਵੀ ਸ਼ੌਂਕ ਪੈ ਗਿਆ ਗਾਉਣ ਦਾ, ਲਿਖਣ ਦਾ। ਬਸ ਹੁਣ ਕਰਕੇ ਆਪਦੇ ਗਾਣੇ ਕਰਕੇ ਉਹਨਾਂ ਦਾ ਵੀ ਗਾਣਾ ਕਰਾਂਗੇ ਛੇਤੀ ਜੀ। ਜੇ ਅਸੀਂ ਗੱਲ ਕਰੀਏ ਤੁਹਾਡੇ ਪਹਿਲੇ ਸੌਂਗ ਪੁੱਤ ਬਾਪੂ ਦਾ, ਇਸ ਸੌਂਗ ਬਾਰੇ ਸਾਨੂੰ ਦੱਸੋ। ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਸੌਂਗ ਤੁਸੀਂ ਕੀਤਾ ਉਦੋਂ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਕੀ ਫੀਲ ਸੀਗਾ? ਬਹੁਤ ਮਤਲਬ ਮਿਹਨਤ ਬਹੁਤ ਕੀਤੀ ਹੈ ਜੀ ਉਹ ਗਾਣੇ 'ਤੇ, ਕਿ ਕੁਝ ਦਿਖਾਈਏ ਬਣ ਕੇ। ਸਟਰਗਲ ਬਹੁਤ ਕੀਤਾ ਜੀ ਇਸ ਟਾਈਮ। ਪਹਿਲੇ ਫਸਟ ਗਾਣਾ 'ਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਫਸਟ ਗਾਣੇ ਤੋਂ ਹੀ ਜੀ। ਅਤੇ ਜੇ ਅਸੀਂ ਗੱਲ ਕਰੀਏ ਟੀਮ ਦੀ, ਇੱਕ ਟੀਮ ਹੁੰਦੀ ਪੂਰੇ ਗਾਣੇ ਨੂੰ ਬਣਾਉਣ ਲਈ, ਸਾਨੂੰ ਦੱਸੋ ਕਿ ਤੁਸੀਂ ਕਿਹੜੀ ਟੀਮ ਨਾਲ ਕੰਮ ਕੀਤਾ, ਕਿਹੜਾ ਤੁਹਾਡਾ ਮਿਊਜ਼ਿਕ ਡਾਇਰੈਕਟਰ ਸੀਗਾ, ਵੀਡੀਓ ਡਾਇਰੈਕਟਰ, ਕੌਣ ਕੌਣ ਸੀਗੇ ਇਸ ਸੌਂਗ ਵਿੱਚ? ਵੀਡੀਓ ਡਾਇਰੈਕਟਰ ਜੀ ਆਪਣਾ ਮੇਰਾ ਪ੍ਰਿਥਵੀ ਸੁੱਖ ਧਾਲੀਵਾਲ, ਅਤੇ ਮਿਊਜ਼ਿਕ ਡਾਇਰੈਕਟਰ ਆਪਣੇ ਸੁੱਖਾ ਗੇਲੀ ਜੀ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ, ਮਿਊਜ਼ਿਕ ਡਾਇਰੈਕਟਰ ਵੀ ਅਤੇ ਵੀਡੀਓ ਡਾਇਰੈਕਟਰ ਨੇ ਵੀ। ਸਭ ਨੇ ਮਤਲਬ ਪੂਰਾ ਕੋਸ਼ਿਸ਼ ਕੀਤੀ ਵਧੀਆ ਹੋਣ ਲਈ, ਸਾਰਾ ਕੁਝ ਵਧੀਆ ਹੋ ਜੇ, ਬਹੁਤ ਵਧੀਆ ਰਹੇ, ਸਭ ਨੇ ਮਿਹਨਤ ਕੀਤੀ ਪੂਰੀ ਗਾਣੇ ਦੀ ਜੀ। ਅਤੇ ਜੇ ਗੱਲ ਕਰੀਏ ਇਸ ਗਾਣੇ ਨੂੰ ਲਿਖਿਆ ਕਿੰਨੇ, ਜਿਹੜਾ ਤੁਸੀਂ ਗਾਣਾ ਗਾਇਆ ਉਹ ਲਿਖਿਆ ਕਿੰਨੇ? ਗਾਣੇ ਨੂੰ ਲਿਖਿਆ ਵੀ ਮੈਂ ਆਪ ਜੀ, ਤੇ ਗਾਇਆ ਤਾਂ ਆਪ ਹੀ ਹਾਂ ਜੀ, ਤੇ ਲਿਖਿਆ ਵੀ ਆਪ ਹੀ ਲਿਖਿਆ ਜੀ ਗਾਣਾ ਜੀ। ਜਿੱਦਾਂ ਤੁਸੀਂ ਦੱਸਿਆ ਕਿ ਇਹ ਵਾਲਾ ਗਾਣਾ ਤੁਸੀਂ ਆਪ ਲਿਖਿਆ, ਤੁਸੀਂ ਹੋਰ ਵੀ ਬਹੁਤ ਸਾਰੇ ਗਾਣੇ ਲਿਖੇ ਹੋਣੇ, ਤੇ ਤੁਸੀਂ ਜਦੋਂ ਆਪਣੇ ਆਪ ਨੂੰ ਲਾਂਚ ਕਰਨਾ ਸੀ, ਜਦੋਂ ਇਸ ਇੰਡਸਟਰੀ ਵਿੱਚ ਪਹਿਲਾ ਕਦਮ ਰੱਖਣਾ ਸੀਗਾ, ਇਹੀ ਗਾਣਾ ਕਿਉਂ ਚੁਣਿਆ? ਇਹ ਗਾਣਾ ਗਾਣੇ ਪਿੱਛੇ ਬਹੁਤ ਮਤਲਬ ਗੱਲਬਾਤ ਆ, ਜਿਵੇਂ ਆਪਦੇ ਕਿ ਫਰੈਂਡ ਦੇ ਮਤਲਬ ਘਰਦਿਆਂ ਨੇ ਕਿਹਾ ਸੀ ਕਿ ਉਹਨਾਂ ਦਾ ਮੁੰਡਾ ਕਿ ਨਸ਼ੇ ਪੱਤੇ ਕਰਦਾ ਐਂ ਆ ਜੀ। ਬਸ ਉਹੀ ਉਦੋਂ ਤੋਂ ਜਿੱਦਣ ਗਾਣਾ ਲਿਖਿਆ ਰੋ ਕੇ ਲਿਖਿਆ ਜੀ ਇਹ ਗਾਣਾ, ਅਤੇ ਇਸ ਲਈ ਦਿਲ ਕੀਤਾ ਕਿ ਅੰਦਰੋਂ ਆਵਾਜ਼ ਕਿ ਗਾਣਾ ਕਰਨਾ ਤਾਂ ਪਹਿਲਾਂ ਆਹ ਕਰਨਾ, ਹਾਂ ਵੀ ਉਹਨਾਂ ਕੋਲ ਪੜ੍ਹ ਕੇ ਵਾ ਜੀ। ਹਾਂਜੀ, ਜਿੱਦਾਂ ਤੁਸੀਂ ਇਹ ਗਾਣਾ ਜਦੋਂ ਲਾਂਚ ਕੀਤਾ ਉਦੋਂ ਸਾਡੇ ਦਰਸ਼ਕਾਂ ਨੇ ਗਾਣੇ ਨੂੰ ਖੂਬ ਪਿਆਰ ਦਿੱਤਾ, ਬਹੁਤ ਉਹਨੂੰ ਇਸ ਗਾਣੇ ਨੂੰ ਪਹਿਚਾਣ ਮਿਲੀ, ਤੁਹਾਨੂੰ ਪਹਿਚਾਣ ਮਿਲੀ, ਤੇ ਉਹਦੀਆਂ ਦੋ ਕਲਾਈਨਾਂ ਸਾਡੇ ਦਰਸ਼ਕਾਂ ਉਹ ਕਹਿੰਦੇ ਬਾਪੂ ਤੇਰਾ ਪੁੱਤ ਨਸ਼ੇ ਕਰਦਾ, ਹੁਣ ਦੇਣਾ ਏ ਜਵਾਬ ਮੈਂ ਤਾਂ ਮੋੜ ਕੇ, ਆ ਪੁੱਤੇ ਉਹਨਾਂ ਦੇ ਹੀ ਚਿੱਟੇ ਪੀਂਦੇ ਫਿਰਦੇ, ਜਿਹੜੇ ਕਰਦੇ ਨੇ ਗੱਲਾਂ ਮੂੰਹ ਜੋੜ ਕੇ, ਸਿਰੀ ਉੱਤੇ ਹੱਥ ਮੇਰੇ ਮੇਰੀ ਮਾਂ ਦਾ, ਸਿਰੀ ਉੱਤੇ ਹੱਥ ਮੇਰੇ ਮੇਰੀ ਮਾਂ ਦਾ, ਉਹ ਜਿਹੜੀ ਕਹਿੰਦੀ ਸੀ ਤੂੰ ਇੱਕ ਦਿਨ ਚੰਦ ਬਣੇਗਾ, ਆ ਸ਼ੇਰ ਜਿੱਡਾ ਦਿਲ ਸ਼ੇਰ ਪੁੱਤ ਬਾਪੂ ਦਾਣੀ ਕਰ, ਮਿਹਨਤਾਂ ਇੱਕ ਦਿਨ ਬੰਬ ਬਣੂਗਾ, ਸ਼ੇਰ ਜਿੱਡਾ ਦਿਲ ਸ਼ੇਰ ਪੁੱਤ ਬਾਪੂ ਦਾਣੀ ਕਰ, ਮਿਹਨਤਾਂ ਇੱਕ ਦਿਨ ਬੰਬ ਬਣੂਗਾ। ਬਹੁਤ ਹੀ ਵਧੀਆ ਜੀ। ਜੇ ਅਸੀਂ ਗੱਲ ਕਰੀਏ ਇਸ ਇੰਡਸਟਰੀ ਵਿੱਚ ਕਿੰਨਾਂ ਨੂੰ ਸੁਣਨਾ ਜਾਂ ਕਿੰਨਾਂ ਨੂੰ ਰੋਲ ਮਾਡਲ ਤੁਸੀਂ ਮੰਨਦੇ ਹੋ? ਸੁਣਨਾ ਜੀ ਆਪਣੇ ਕਲਵਿੰਦਰ ਢਿੱਲੋਂ ਸਿੰਗਰ ਜੋ ਇਸ ਟਾਈਮ ਤਾਂ ਆਏ ਨਹੀਂ ਗਏ,
ਤੇ ਉਹਨਾਂ ਦੇ ਮਤਲਬ ਗਾਣੇ ਸੁਣਨੇ ਵਧੀਆ ਲੱਗਦਾ ਕਿ ਉਹਨਾਂ ਵਾਂਗੂ ਗਾ ਕੇ ਕੁਝ ਪੇਸ਼ ਕਰ ਸਕੀਏ ਉਹਨਾਂ ਵਾਂਗੂ ਜੀ। ਤੇ ਜੇ ਅਸੀਂ ਗੱਲ ਕਰੀਏ ਉਹਨਾਂ ਦਾ ਕੋਈ ਇੱਕ ਫੇਵਰਿਟ ਸੌਂਗ ਜਿਹੜਾ ਤੁਹਾਡੇ ਦਿਲ ਵਿੱਚ ਹਮੇਸ਼ਾ ਵਾਸ ਕਰਦਾ ਹੈ ਜਾਂ ਜਿਹੜਾ ਤੁਸੀਂ ਹਮੇਸ਼ਾ ਗੁਣਗੁਣਾਉਂਦੇ ਰਹਿੰਦੇ ਹੋ ਕਿਹੜਾ ਗਾਣਾ? ਹਾਂਜੀ ਇਹ ਗਾ ਜੀ ਉਹਨਾਂ ਦਾ ਕਾਲਜ ਗਾਣਾ ਜੀ ਕੇ ਉੱਠਣੀ ਪਰੀ ਤੋਂ ਜਰਾ ਕੰਨ ਲਾ ਕੇ ਸੁਣ ਮੱਚੀ ਹਾਹਾਕਾਰ ਨੂੰ ਆ ਸਾਰਾ ਹੀ ਸਟਾਫ ਤੇ ਸਟੂਡੈਂਟ ਵੇਖ ਭੱਜੇ ਜਾਣ ਬਾਹਰ ਨੂੰ ਉਹ ਫਸ ਗਏ ਕਸੂਤੇ ਅੱਜ ਸ਼ੇਰ ਕਾਗਜ਼ੀ ਦੇ ਮਿੱਟੀ ਵਿੱਚ ਲਿਟਨੇ ਜਿੱਦਾਂ ਤੁਸੀਂ ਦੱਸਿਆ ਸਾਨੂੰ ਕਿ ਤੁਸੀਂ ਗਾਣੇ ਲਿਖਦੇ ਵੀ ਹੋ ਔਰ ਤੁਸੀਂ ਹੁਣ ਗਾਣਾ ਆਪਣਾ ਕੀਤਾ ਵੀ ਹੈ, ਤੁਸੀਂ ਐਜ਼ ਅ ਸਿੰਗਰ ਵੀ ਸਾਹਮਣੇ ਆਏ ਹੋ, ਦੋਨਾਂ ਚੋਂ ਜੇ ਪੁੱਛਣਾ ਹੋਵੇ ਲਿਖਣਾ ਤੇ ਗਾਣਾ ਦੋਨਾਂ ਚੋਂ ਤੁਹਾਡਾ ਆਪਣਾ ਫੇਵਰੇਟ ਕਿਹੜਾ? ਲਿਖਣਾ ਵੀ ਵਧੀਆ ਲੱਗਦਾ ਪਰ ਗਾਉਣਾ ਥੋੜਾ ਜ਼ਿਆਦਾ ਵਧੀਆ ਲੱਗਦਾ ਜਦੋਂ ਇੱਕ ਰੂਹ ਨੂੰ ਸਕੂਨ ਜਿਹਾ ਮਿਲ ਜਾਂਦਾ ਜਦੋਂ ਗਾਈਦਾ ਹੈ ਜੀ, ਮਨ ਖੁਸ਼ ਹੋ ਜਾਂਦਾ ਬੰਦੇ ਦਾ ਕਰਕੇ ਜੀ। ਹਾਂਜੀ ਜਿੱਦਾਂ ਤੁਹਾਡੇ ਪਹਿਲੇ ਗਾਣੇ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਅੱਗੇ ਹੋਰ ਕੀ ਤੁਹਾਡੇ ਪਲਾਨਸ ਨੇ ਕਿ ਅੱਗੇ ਫਿਊਚਰ ਵਿੱਚ ਕਿਹੜੇ ਕਿਹੜੇ ਹੋਰ ਨਵੇਂ ਗਾਣੇ ਜਾਂ ਪ੍ਰੋਜੈਕਟਸ ਕਰ ਰਹੇ ਸਾਡੇ ਦਰਸ਼ਕਾਂ ਨੂੰ? ਬਸ ਛੇਤੀ ਕਰ ਰਹੇ ਨੈਕਸਟ ਸੌਂਗ ਵੀ ਇੱਕ ਦੋ ਮੰਥ ਤੱਕ ਕਰ ਰਹੇ ਹਾਂ ਰਿਲੀਜ਼, ਮਿਊਜ਼ਿਕ ਦਾ ਮਤਲਬ ਕਰ ਲਿਆ ਚੂਜ਼ ਜਿਹੜਾ ਕਰਨਾ ਹੈ ਤੇ ਬਸ ਛੇਤੀ ਕਰਾਂਗੇ ਲੈ ਕੇ ਆ ਰਹੇ ਹਾਂ ਦਰਸ਼ਕਾਂ ਸਾਹਮਣੇ ਜੀ। ਸਭ ਨੇ ਸਪੋਰਟ ਬਹੁਤ ਕੀਤੀ ਪਹਿਲੇ ਗਾਣੇ ਨੂੰ ਤੇ ਹੁਣ ਸੈਕਿੰਡ ਵੀ ਆਪਾਂ ਥੋੜ੍ਹਾ ਇਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਸਪੋਰਟ ਕਰਨ, ਹੋਰ ਵੀ ਆਪਾਂ ਲੋਕਾਂ ਅੱਗੇ ਆ ਸਕੀਏ ਜੀ। ਬਿਲਕੁਲ। ਤੇ ਜੇ ਅਸੀਂ ਗੱਲ ਕਰੀਏ ਕਿ ਜਾਂਦੇ ਹੋਏ ਕੋਈ ਸੁਨੇਹਾ ਦੇਣਾ ਹੋਵੇ ਤੁਹਾਡੇ ਆਪਣੇ ਫੈਨਸ ਨੂੰ ਜਾਂ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸੁਨੇਹਾ ਤਾਂ ਇਹ ਦੇਣਾ ਚਾਹੁੰਦੇ ਆ ਜੀ ਕਿ ਨਸ਼ੇ ਪੱਤੇ ਤੋਂ ਦੂਰ ਰਹੋ ਸਾਰਿਆਂ ਨੇ ਤੇ ਘਰਦਿਆਂ ਦਾ ਸਤਿਕਾਰ ਕਰੋ, ਮਾਂ ਪਿਓ ਦਾ ਸਤਿਕਾਰ ਕਰੋ ਕਿ ਉਹੀ ਆ ਜੀ ਉਹਨਾਂ ਨੇ ਨਾਲ ਖੜਨਾ, ਕੋਈ ਨੀ ਨਾਲ ਕਰਦਾ ਜੀ ਮਾਂ ਪਿਓ ਤੋਂ ਬਿਨਾਂ, ਬਸ ਆਹੀ ਆ ਜੀ ਨਸ਼ੇ ਪੱਤੇ ਤੋਂ ਬਚੇ ਰਹੋ ਕਰਨ ਵਾਲੀਆਂ ਜੀ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਪ੍ਰੋਗਰਾਮ ਵਿੱਚ ਆਏ ਔਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ 'ਚ ਆਏ ਮਤਲਬ ਬਹੁਤ ਵਧੀਆ ਲੱਗਾ ਜੀ, ਪੰਜਾਬ ਪਲੱਸ ਚੈਨਲ ਨੇ ਸਾਨੂੰ ਮਤਲਬ ਮੌਕਾ ਦਿੱਤਾ ਇੰਟਰਵਿਊ ਕਰਨ ਲਈ, ਮੇਰਾ ਫਸਟ ਵਾਰੀ ਆ ਤੇ ਵਧੀਆ ਲੱਗ ਰਿਹਾ ਆਪਦੇ ਆਪ ਨੂੰ ਕਿ ਬਹੁਤ ਵਧੀਆ ਫੀਲ ਹੋ ਰਿਹਾ ਕਿ ਇੱਥੇ ਤੱਕ ਕੋਈ ਪਹੁੰਚ ਸਕਦੇ ਆਪਾਂ ਆ ਜਾਂਗੇ, ਬਸ ਮਿਹਨਤ ਆ ਜੀ, ਮਿਹਨਤ ਕਰੋ ਸਾਰੇ ਪਹੁੰਚੇ। ਥੈਂਕ ਯੂ ਸਰ।